ਇੱਕ ਪਸ਼ੂ ਨੂੰ ਅਸੀਂ ਜੀ ਸਾਡੇ ਕੋਲੇ 30 ਲੀਟਰ ਵਾਲੀ ਗਾਂ ਕੋਈ 40 ਵਾਲੀ ਵੀ ਹੈਗੀ ਐ ਅਸੀਂ ਉਹਨੂੰ ਘੱਟੋ ਘੱਟ ਵੀ ਇੱਕ ਟਾਈਮ ਦਾ 15 ਕਿਲੋ ਸੈਜ ਦੇ ਦਿੰਨੇ ਆ ਜੀ ਜਦੋਂ ਪਸ਼ੂ ਨਾਲ ਦੀ ਨਾਲ ਬੈਠ ਜਾਂਦਾ ਜੀ ਉਹਦੇ ਥਣਾ ਦੇ ਮੇਰੂ ਜਿਹੜੇ ਖੁੱਲੇ ਹੁੰਦੇ ਆ ਜੀ ਉਦੋਂ ਮਸਟੈਟਸ ਵੀ ਆ ਜਾਂਦੀ ਪਸ਼ੂ ਨੂੰ ਇੱਥੇ ਦਾ ਜੀ ਜੋ ਕੋ ਮੰਨ ਲਓ ਮਾੜਾ ਮੋਟ ਬੁਖਾਰ ਬਖੂਰ ਆਉਂਦਾ ਤਾਂ ਉਹਦਾ ਸਿਆਪ ਟੀਕਾ ਲਾ ਦਿੰਨੇ ਜੀ ਡਾਕਟਰ ਨਹੀਂ ਸਾਦੇ ਜੀ ਖੁਦ ਬਣ ਕੇ ਜੀ ਆ ਜਾਂਦਾ ਤਜਰਬਾ ਹੀ ਇਹ ਤਾਂ ਬਸ ਕੋਈ ਸਾਲ 6 ਮਹੀਨੇ ਤਜਰਬਾ ਪੂਰਾ ਆ ਜਾਂਦਾ ਹੀ ਇਹਨਾਂ ਦੇ ਜਿੱਥੇ ਅੱਜ ਦੇ ਸਮੇਂ ਵਿੱਚ ਹਰ ਕੰਮ ਲਈ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਹੈ ਉੱਥੇ ਹੀ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਤੇ ਮਿਹਨਤੀ ਕਿਸਾਨ ਨਾਲ ਮਿਲੌਣ ਜਾ ਰਹੇ ਹਾਂ ਜੋ ਘੱਟ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਡੇਰੀ ਫਾਰਮਿੰਗ ਦਾ ਧੰਦਾ ਬੜੇ ਸੁਚੰਜੇ ਢੰਗ ਨਾਲ ਕਰ ਰਿਹਾ ਹੈ। ਹਰ ਗੱਲ ਦਾ ਰਿਕਾਰਡ ਰੱਖਦਾ ਹੈ ਨੌਜਵਾਨ ਅਤੇ ਖਾਸ ਗੱਲ ਇਹ ਹੈ ਕਿ ਨੌਜਵਾਨ ਛੋਟੇ ਪੱਤਰ ਤੇ ਡੇਰੀ ਫਾਰਮਿੰਗ ਦਾ ਧੰਦਾ ਕਰਦਾ ਹੈ। ਤਾਂ ਆਓ ਮਿਲिए ਇਸ ਮਿਹਨਤੀ ਕਿਸਾਨ ਸੁਖਚੈਨ ਸਿੰਘ ਦੇ ਨਾਲ। ਮੈਂ ਸੁਖਚੈਨ ਸਿੰਘ ਜੀ ਪਿੰਡ ਕੌਣੀ ਜिला ਸੈਰੀ ਮੁਖਸਰ ਸਾਹਿਬ ਸਾਡੇ ਕੋਲੇ ਗਾਈਆਂ ਦਾ ਫਾਰਮ ਹੈ ਜੀ ਤੇ ਅਸੀਂ ਸਾਇਲਜ ਬਣਾਉਣਾ ਹੈ ਜੀ 18 44 ਮੱਕੀ ਹੈ ਜੀ ਅੱਜ 60 ਦਿਨਾਂ ਦੀ ਹੋ ਗਈ ਜੀ ਕਣਕ ਵਾਲੇ ਥਾਂ ਬੀਜੀ ਸੀ ਜੀ ਅਸੀਂ ਇਹਦਾ ਪਾਉਣ ਦਾ ਤਰੀਕਾ ਇਹ ਹੈ ਜੀ ਇਹਨੂੰ ਸਿੰਗਲ ਰੋਲ ਵਾਲੀ ਮਸ਼ੀਨਾਂ ਉਤਰੋ ਪੂਰਾ ਬਰੀਕ ਉਤਰੋ ਜਿਹੜਾ ਆਪਾਂ ਇਹਦੇ 'ਚ ਪੱਟ ਬਣਾਉਣਾ ਜੀ ਉਹ ਤੁਸੀਂ ਕੱਦ ਦੇ ਹਿਸਾਬ ਨਾਲ ਵੀ ਜਾਂ ਆਪਣੇ ਜਿਹੜੇ ਖੇਤੀਬਾੜੀ ਵਿਭਾਗ ਦੇ ਪਸ਼ੂ ਵਿਭਾਗ ਦੇ ਆਪਣੇ ਹੈਗੇ ਡਾਇਰੈਕਟਰ ਜੀ ਉਹ ਵੀ ਤੁਹਾਨੂੰ ਦੱਸ ਦਿੰਦੇ ਐ ਵੀ ਕਿੰਨੇ ਚ ਕਿੰਨਾ ਪਊਗਾ ਵੀ ਕਿੰਨੇ ਫੁੱਟ ਹਾਈਟ ਹੋਣੀ ਚਾਹੀਦੀ ਹੈ ਕਿੰਨਾ ਟੋਆ ਸਾਡੇ ਕੋਲੇ ਜੀ ਇਹਦੀ ਤਕਰੀਬਨ 9-10 ਫੁੱਟ ਹਾਈਟ ਹੋ ਜਾਂਦੀ ਜੀ ਤੇ ਅਸੀਂ ਇਹ ਜਿਹੜਾ ਟੋ ਪੱਟ ਬਣਾਇਆ ਜੀ 55 ਫੁੱਟ ਲੰਮਾ ਬਣਾਇਆ ਜੀ ਤੇ 3 ਫੁੱਟ ਡੂੰਘਾ ਜੀ ਤੇ ਇਹਦਾ ਕਈ ਕਿਸਾਨ ਵੀਰਾਂ ਨੂੰ ਕਹਿ ਦਿੰਦੇ ਜੀ ਵਿੱਚ ਜੂਰੀਆ ਪਾ ਦਿਓ ਨੂਨ ਪਾ ਦਿਓ ਉਹ ਨਹੀਂ ਜੀ ਪਾਉਣਾ ਆਪਾਂ ਇਹਨੂੰ ਵੀ ਆਪਾਂ ਪੂਰਾ ਲੜਾਈ ਫੁੱਲ ਕਰਨੀ ਹੈ ਜੀ ਇਹਦੀ 45 ਦਿਨਾਂ ਦੇ ਵਿੱਚ ਇਹ ਤਿਆਰ ਹੋ ਜਾਂਦਾ ਜੀ ਇਹਨੂੰ ਤੁਸੀਂ ਜਦੋਂ ਵਾਢਾ ਲਾਉਣਾ ਹੈ ਤੁਹਾਡੇ ਪਸ਼ੂਆਂ ਦੇ ਮੁਤਾਬਕ ਜੇ ਮੂਹਰੋ 4 ਇੰਚੀ ਲਾਉਂਦਾ ਤਾਂ ਉਹ ਡੇਲੀ ਹੀ 4 ਇੰਚੀ ਇੱਕ ਟਾਈਮ ਲਾ ਸਕਦੇ ਤੁਸੀਂ ਇਹ ਨਹੀਂ ਵੀ ਇੱਕ ਦਿਨ ਤੁਸੀਂ ਲਾ ਲਓ ਦੂਜੇ ਦਿਨ ਲਾਉਣਾ ਫੇਰ ਤੁਹਾਡਾ ਚਾਰ ਖਰਾਬ ਹੋਊਗਾ ਉਹਨੂੰ ਉਲੀ ਵੀ ਆਊਗੀ ਜੇ ਤੁਸੀਂ ਲਤੜਾਈ ਫੁੱਲ ਕਰਤੀ ਉਹ ਲਤੜਾਈ ਵਾਲੇ ਪਾਸੇ ਤੋਂ ਉਲੀ ਆਉਂਦੀ ਨਹੀਂ ਜੇ ਆਪਾਂ ਲਾਉਣ ਕੰਨੋਂ ਚਾਰ ਇੱਕ ਦਿਨ ਪੱਟਣ ਕੰਨੋਂ ਆਪਾਂ ਪਿੱਛੇ ਹਟਦੇ ਆਂ ਤੇ ਆਪਾਂ ਕਹਿੰਦੇ ਆਪਣੇ ਕੋਲ ਜਾਦੇ ਆ ਪੱਠੇ ਆਪਾਂ ਚਾਰ ਅੱਜ ਨਹੀਂ ਪਾਉਣਾ ਉਹ ਤੁਹਾਨੂੰ ਡੇਲੀ ਹੀ ਪੱਟਣਾ ਪਊਗਾ ਜੀ 4 ਇੰਚ ਆਦੇ ਪਸ਼ੂਆਂ ਦੇ ਮੁਤਾਬਕ ਦੇ ਹਿਸਾਬ ਨਾਲ ਠੀਕ ਹੈ ਜ ਏ 1844 ਮੱਕੀ ਹੈ ਜੀ ਅਸੀਂ ਗਾਇਆਂ ਰੱਖਉਂਆਂ ਜਾਂ ਉਹਨਾਂ ਵਾਸਤੇ ਸਾਇਲਜ ਬਣਾ ਕੇ ਪਾਉਣੇ ਆ ਸਾਇਲਜ ਨਾਲ ਕੰਮਜਾਪੀ ਬਹੁਤ ਹੈ ਕਈ ਕਿਸਾਨ ਵੀਰ ਇਕੱਲੇ ਹਰੇ ਤੇ ਰੱਖ ਲੈਂਦੇ ਆ ਗਾਇਆਂ ਨੂੰ ਉਹ ਨਹੀਂ ਕੰਮਜਾਪ ਜੀ ਇਹਦੇ ਚ ਉਹਦੇ ਚ ਇਹਨਾਂ ਅੰਤਰ ਹੈ ਜੀ ਉਹਦੇ ਚ ਕੋਈ ਛੱਲੀ ਦੇ ਦਾਣੇ ਬਹੁਤ ਘੱਟ ਹੁੰਦੇ ਜੀ ਜਿਹੜਾ ਆਪਾਂ ਬਣਾ ਬਣਾ ਲੈਨੇ ਆ ਜਿਵੇਂ ਆਪਣੇ ਰਾਜਪੁਰੇ ਤੋਂ ਆਉਂਦਾ ਹੈਗਾ ਜੀ ਜਿਹੜਾ ਆਪਾਂ ਆਪ ਪਾਉਣੇ ਜੀ ਇਹ ਚ ਇੱਕ ਤਾਂ ਆਪ ਨੂੰ ਸਸਤਾ ਪੈਂਦਾ ਜੀ ਆਪ ਨੂੰ ਇਹ 1.5-2 ਰੁਪਏ ਪੈਂਦਾ ਹੈ ਜਿਹੜਾ ਆਪਾਂ ਉਹ ਪੈਂਦਾ ਉਹ 6 ਰੁਪਏ ਪੈਂਦਾ ਜੀ ਆਪਦੇ ਇੱਥੇ ਆਪਾਂ 11-21 ਚੋਨਾ ਲਾਉਣਾ ਜੀ ਅਜੇ 20 ਦਿਨ ਸਾਡੀ ਮੱਕੀ ਲੈ ਜੂਗੀ ਅਜੇ ਹੋਰ ਤੇ ਨਾਲੇ ਝੋਨਾ ਬਾਸਪੀ ਦਾ ਝਾੜ ਵਧੀਆ ਵੱਧ ਆਈ ਜ्याम 50 ਨਿਕਲਦਾ ਤੇ ਇਹ ਚੋਂ 55 ਮਾਣ ਨਿਕਲਦੇ ਜੀ ਮੱਕੀ ਵਾਲੇ ਸਾਚੋ ਜੀ ਜਿੰਨੇ ਕ ਪਸ਼ੂ ਆਪਣੇ ਘਰੇ ਚ ਆਪਾਂ ਦੁੱਧ ਪੀਣ ਨੂੰ ਰੱਖਿਆ ਤਾਂ ਵੀ ਉਹ ਸਾਇਲਜ ਬਣਾਉਣ ਜੀ ਤੇ ਵਧੀਆ ਬੈਨੀਫਿਟ ਹੈਗਾ ਇਹ ਝਾ ਅਮਦਨੀ ਹੈਗੀ ਹੈ ਜੇ ਆਪਾਂ ਕਹਿ ਦੀ ਕਿ ਇਕੱਲੇ ਸਾਇਲਜ ਤੋਂ ਬਗੈਰ ਆਪਾਂ ਪਸ਼ੂ ਪਾਲ ਲਾਂਗੇ ਉਹਦੇ ਚ ਨਹੀਂ ਜੀ ਪੈਣਾ ਚਾਹੀਦਾ ਉਹ ਚੱਕਰਾਂ ਚ ਉਹ ਚ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਜੀ ਮੱਕੀ ਵੀ ਜਨ ਵੇਲੇ ਜੀ ਵਾਹਣ ਵਧੀਆ ਚੰਗੀ ਤਰ੍ਹਾਂ ਵਾਹ ਕੇ ਮਿੱਟੀ ਬਰੀਕ ਕਰ ਲੋ ਜੀ ਚਾਹੇ ਰੋਟਾਵੇਟਰ ਮਾਰ ਲਓ ਫਿਰ ਉਹਨੂੰ ਬੈੱਡ ਵਾਲੀ ਮਸ਼ੀਨ ਨਾਲ ਵੀ ਜੋ 20 ਇਹਦੇ ਚ 8 ਤੋਂ 9 ਕਿਲੋ ਵੀਂ ਪਾਓ ਜੀ ਪੈਨਰ ਕੰਪਨੀ ਦਾ ਪਰ ਇੱਕੜ ਦਾ ਜੀ 18 44 ਅਸੀਂ ਵੀਂ ਦਿਆਂ ਜੀ ਇਹ ਇਹੀ ਹੈਗੀ ਹੈ ਜਿਉਂਨੀਵਰਸਿਟੀ ਕੰਨੋਂ ਵੀ ਇਹੀ ਸਿਫਾਰਸ਼ ਹੈ ਜੀ ਬਾਕੀ ਹੋਰ ਵੀਂ ਬਹੁਤ ਆਈ ਜਾਂਦੇ ਆ ਉਹ ਮੱਕੀ ਕੋਈ ਚੀੜੀ ਹੁੰਦੀ ਹੈ ਜੀ ਕਈਆਂ ਨੂੰ ਛੱਲੀ ਨਹੀਂ ਪੈਂਦੀ ਇਹਨੂੰ ਛੱਲੀ ਵੀ ਪੈਂਦੀ ਜੀ ਛੱਲੀ ਇਹਨੂੰ ਚਾਰ ਉਦੋਂ ਬਣਾਉਣਾ ਜੀ ਜਦੋਂ ਆਪਣੇ ਭੁੰਨ ਕੇ ਖਾਣ ਵਾਲੀ ਹੋ ਜੀ ਛੱਲੀ ਉਦੋਂ ਇਹਦੀ ਕਤਰਾਈ ਕਰੋ ਜੀ ਇਹ ਸਾਈਲੇ ਜਿਹੜਾ ਹੋਰ ਵੀ ਜਿਵੇਂ ਮੱਕੀ ਦਾ ਹੋਰ ਵੀ ਕਈ ਸਮਾਨ ਦਾ ਸਾਈਲੇ ਜੀ ਤਿਆਰ ਕਰੀ ਨੇ ਬਾਜ਼ਾਰ 'ਚ ਜਿਹੜਾ ਮਿਲਦਾ ਹੈ ਹਾਂਜੀ ਉਹਦਾ ਕੀ ਫਰਕ ਹੈ ਉਹਦਾ ਹੀ ਇੱਕ ਤਾਂ ਸ਼ਕੰਦਰ ਦਾ ਵੀ ਤਿਆਰ ਕਰੀ ਜਾਂਦਾ ਚਾਰ ਜੀ ਹਾਂਜੀ ਉਹ ਤਾਂ ਇਹ ਤੱਕ ਅਸੀਂ ਵਰਤਨੇ ਉਹਦੇ ਨਾਲ ਕੋਈ ਫੰਗਸ ਬਹੁਤ ਜ਼ਿਆਦਾ ਆਉਂਦੀ ਜੀ ਗਾਂਆਂ ਨੂੰ ਜੀ ਤੇ ਜਿਹੜਾ ਇਹ ਮੱਕੀ ਦਾ ਚਾਰਾ ਚ ਹੈ ਬਾਜ਼ਾਰ ਵਾਲਾ ਲੈਣਾ ਜਿਹਦਾ ਨਹੀਂ ਸਰਦਾ ਜੀ ਚਾਰ ਖਤਮ ਹੋ ਜਾਂਦਾ ਸਾਈਲੇਜ ਉਦੋਂ ਉਹ ਲੈ ਲੈਂਦੇ ਜੀ ਉਹਨਾਂ ਕੋਲ ਰਾਜਪੁਰੇ ਵਾਲਾਂ ਤੋਂ ਵੀ ਮਿਲ ਜਾਂਦਾ ਜੀ ਇਹ ਪਰ ਜ਼ਿਆਦਾ ਬੈਨੀਫਿਟ ਤਾਂ ਆਪ ਨੂੰ ਆਪ ਦਾ ਸਾਈਲੇਜ ਹੀ ਸਸਤਾ ਪੈਂਦਾ ਜੀ ਇਦੇ ਨਾਲ ਬਹੁਤ ਵਧੀਆ ਗਾਇਆਂ ਦੀ ਆਮਦਨ ਹੈਗੀ ਆ ਪਰ ਗਾਇਆਂ ਥੋੜੀਆਂ ਰੱਖੋ 10 12 ਤੋਂ ਸ਼ੁਰੂ ਕਰੋ ਕੰਮ ਵੀ ਇਹ ਨਹੀਂ ਵੀ ਇੱਕਦਮ ਕਿਸੇ ਨੇ ਕਹਿਦਾ ਵੱਡਾ ਫਾਰਮ ਪਾ ਕੇ ਗਾਇਆਂ ਰੱਖ ਲਓ ਵੀ ਉਹ ਚੱਕਰਾਂ ਚ ਨਹੀਂ ਪੈਣਾ ਚਾਹੀਦਾ ਆਪਦਾ ਤਜਰਬਾ ਕਰੋ ਹੌਲੀ ਹੌਲੀ ਤਜਰਬਾ ਆ ਜਾਂਦਾ ਹੀ ਤੇ ਇਹ ਨਹੀਂ ਵੀ ਆਪਾਂ ਕਿਸੇ ਦੇ ਕਹਿਣ ਤੇ ਵੱਡਾ ਫਾਰਮ ਪਾਲੀਏ 50 60 ਲੱਖ ਰੁਪਏ ਲਾ ਦੀਏ ਕਿਉਂ ਜੀਮੇਦਾਰ ਅੱਗੇ ਵੀ ਕਰਜ਼ੇ ਦਾ ਝੰਜੋੜਿਆ ਪਿਆ ਹੈ ਜੀ ਕੋਈ ਇਹਨਾਂ ਦੁੱਧ ਦੇ ਰੇਟ ਚਲੋ ਠੀਕ ਹੈ ਜਿੰਨੇ ਖਾਏਗਾ ਪਰ ਘੱਟ ਹੈ ਜੀ ਹਜੇ ਤਾਂ ਇਹ ਵੀ ਇਹ ਜੀ ਆਪਣੇ ਪਸ਼ੂਦਰ ਪੈਨ ਕਰਦੇ ਜੀ ਕਿੰਨੇ ਹੁਣ ਸਾਡੇ ਕੋਲੇ 20 ਪਸ਼ੂ ਆ ਜੀ 20 ਆ ਪਸ਼ੂਆਂ ਨੂੰ ਅਸੀਂ 9 ਕਿੱਲੇ ਵੀਜ ਦਿਆਂ ਸਾਡੇ ਕੋਲੇ ਪੂਰਾ ਸਾਲ ਚੱਲ ਜਾਂਦਾ ਜੀ ਇਹ ਚਤੂੜੀ ਦਾ ਖਰਚਾ ਬਹੁਤ ਘੱਟ ਹੈ ਜੀ ਤੇ ਖਰਾਕ ਦਾ ਖਰਚਾ ਬਹੁਤ ਘੱਟ ਪੈਂਦਾ ਜੀ ਆਪਾਂ ਨੂੰ ਜਦੋਂ ਛੱਲੀ ਲੱਗੂਗੀ ਆਪਾਂ ਨੂੰ ਖਰਾਕ ਬਹੁਤ ਘੱਟ ਪਾਉਣੀ ਪੈਂਦੀ ਜੀ ਤੇ ਬਾਕੀ ਜਿਹੜੀਆਂ ਆਪਣੀਆਂ ਵੱਛੀਆਂ ਮਗਰ ਤਿਆਰ ਕਰਦੇ ਉਹ ਬਹੁਤ ਛੇਤੀ ਤਿਆਰ ਹੁੰਦੀਆਂ ਜੀ ਉਹਨਾਂ ਵਾਸਤੇ ਸੈਲਜ ਵੀ ਇਹ ਬਹੁਤ ਬੈਨੀਫਿਟ ਹੈ ਇਹ ਚੀਜ਼ ਇੱਕ ਪਸ਼ੂ ਨੂੰ ਅਸੀਂ ਜੀ ਸਾਡੇ ਕੋਲੇ 30 ਲੀਟਰ ਵਾਲੀ ਗਾਂ ਕੋਈ 40 ਵਾਲੀ ਵੀ ਹੈਗੀ ਐ ਅਸੀਂ ਉਹਨੂੰ ਘੱਟੋ ਕਿਲੋ ਡੇਢ ਕਿਲੋ ਤੂੜੀ ਪਾ ਦੀ ਜੀ ਹਰਾ ਸੀ ਕਿਤੇ ਪਾਇਆ ਨਹੀਂ ਜੀ ਉਦੋਂ ਇਹ ਵੇਖਣਾ ਚਾਹੀਦਾ ਜੀ ਕਈ ਵਾਰੀ ਮਾੜੀ ਮੋਟ ਉੱਲੀ ਹੋਵੇ ਜੀ ਵਿੱਚ ਉਹ ਬਾਹਰ ਕੱਢ ਦੇਣੀ ਚਾਹੀਦੀ ਕਈ ਵਾਰੀ ਕੋਈ ਚੂਹੇ ਨੇ ਖੁੱਡ ਕਰਤੀ ਆਪਣੇ ਪੈਟ ਦੇ ਨੇੜੇ ਜੀ ਉਹਦੇ 'ਚ ਉੱਲੀ ਬਣ ਜਾਂਦੀ ਥੋੜੀ ਕਣੀ ਜੀ ਉਹ ਦੀ ਬਸ ਨਿਗਰ ਰੱਖੋ ਤੇ ਬਾਕੀ ਕੋਈ ਦਿੱਕਤ ਨਹੀਂ ਇਹਦੇ 'ਚ ਐ ਬਹੁਤ ਛੇਤੀ ਉੱਲੀ ਨਹੀਂ ਪੈਂਦੀ ਪਾਣੀ ਨਹੀਂ ਪੈਣਾ ਚਾਹੀਦਾ ਮੀਂਹ ਦਾ ਇਹਦੇ 'ਚ ਜਦੋਂ ਮੰਨ ਲਓ ਵੀ ਆਪਣਾ ਸਿੱਧਾ ਪਾਣੀ ਵਿੱਚ ਕਿਸੇ ਟੋਏ ਰਹੀਂ ਖੁੱਡ ਰਹੀਂ ਪੈਂਦਾ ਉਹ ਖਰਾਬ ਕਰ ਦਿੰਦਾ ਜੇ ਆਪਾਂ ਉਹ ਟੱਕ ਲੱਗਾ ਆਪਣੇ ਚਾਰ ਨੂੰ ਵਾਢਾ ਲੱਗਾ ਉਹਦੇ ਤੇ ਮਾੜਾ ਮੋਟ ਤੇ ਟੋਏ ਦੇ ਵਿੱਚ ਪਾਣੀ ਨਹੀਂ ਖੜਨਾ ਚਾਹੀਦਾ ਜੀ ਨਹੀਂ ਜੀ ਕੋਈ ਨੁਕਸਾਨ ਨਹੀਂ ਚਾਹ ਜਿੰਨਾ ਮਰਜੀ ਸਾਇਲਜ ਪਾਓ ਤੁਸੀਂ ਜੀ ਉਹਨਾਂ ਪਸ਼ੂ ਦੁੱਧ ਵੀ ਜ਼ਿਆਦਾ ਦੇਊਗਾ ਤੰਦਰੁਸਤ ਵੀ ਰਹਿੰਦੇ ਜੀ ਹਾਂ ਪੱਕਾ ਪੱਟ ਅੱਗੇ ਆਪ ਨੂੰ ਇਹ ਪਸ਼ੂ ਵਿਭਾਗ ਵਾਲੇ ਦਿੰਦੇ ਸੀ ਉਹ 60000 70000 ਰੁਪਇਆ ਦਿੰਦੇ ਸੀ ਆਪਾਂ ਨੂੰ ਜੀ ਉਹਦੇ ਤੇ ਉਹ ਐਂਕਿ ਇਹਨਾਂ ਨੇ ਜੀ ਪਿਛਲੀ ਆਰਸ ਬੰਦ ਕਰਤਾ ਜੀ ਉਹ ਕਹਿੰਦੇ ਵੀ ਪਹਿਲਾਂ ਫਾਰਮ ਬਣਾਓ ਫਾਰਮ ਦਾ ਨਕਸ਼ਾ ਦਿੰਦੇ ਜੀ ਫੇਰ ਆਪਾਂ ਨੂੰ ਉਹਦੇ ਪੱਟ ਤੇ ਪੈਸੇ ਦਿੰਦੇ ਜੀ ਉਂ ਪੈਸੇ ਨਹੀਂ ਦਿੰਦੇ ਜੀ ਅੱਗੇ ਦੇ ਦਿੰਦੇ ਸੀ ਬਾਕੀ ਇਹ ਜ਼ਿਆਦਾ ਕੱਚੇ 'ਚ ਹੀ ਜ਼ਿਆਦਾ ਕੰਮ ਜਾਪੇ ਜੀ ਕਿ ਜਦੋਂ ਆਪਾਂ ਲੜਾਈ ਕਰਦੇ ਆਂ ਕਈ ਵਾਰੀ ਕੰਧ ਵੀ ਡਿੱਗ ਪੈਂਦੀ ਐ ਕਈ ਵਾਰੀ ਨਾਲ ਤੇੜ ਪੈ ਜਾਂਦੀ ਆ ਆਪਾਂ ਮਿੱਟੀ ਲਾਉਣੇ ਜਦੋਂ ਤੇ ਉਹ ਉਹਦੇ ਵਿੱਚ ਦੀ ਪਾਣੀ ਵਾਣ ਦਾ ਡਰ ਰਹਿੰਦਾ ਇਹਦੇ ਜਿਹੜਾ ਆਪਾਂ ਪੱਟ ਕੱਚਾ ਬਣਾਉਣੇ ਜਿਹੇ ਇਹਦੇ ਸਾਈਡ ਤੇ ਚਾਰ ਚਪੇ ਰਕਾਗਤ ਲਾ ਦੇ ਉਹ ਥੱਲੇ ਕੁਝ ਨਹੀਂ ਪਾਉਣਾ ਸਾਈਡ ਤੇ ਕਾਗਜ਼ ਪਾ ਕੇ ਉੱਪਰੋਂ ਨੂੰ ਜਿਵੇਂ ਆਪਾਂ ਤੂੜੀ ਵਾਲਾ ਕੋਪ ਲਪ ਦੇ ਉਵੇਂ ਲਪ ਸਕਦੇ ਆਂ ਜੀ ਨਹੀਂ ਜੀ ਮੱਕੀ ਤੇ ਕੋਈ ਸਬਸਿਡੀ ਨਹੀਂ ਮਿਲਦੀ ਅਪਲਾਈ ਵੀ ਨਹੀਂ ਕੀਤਾ ਅਪਲਾਈ ਵੀ ਨਹੀਂ ਕੀਤਾ ਜੀ ਬਾਕੀ ਸਬਸਿਡੀ ਹੈ ਹੀ ਨਹੀਂ ਜੀ ਇਹਦੇ ਤੇ ਇਹਦੇ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਥੋੜਾ ਜਿਮੇਦਾਰ ਵਾਲਾ ਵੀ ਕੋਈ ਸਾਨੂੰ ਸਬ ਸਿਟੀ ਮਿਲੇ ਕੋ ਦੁੱਧ ਦੇ ਰੇਟ ਵਧਣ ਜੀ ਤੇ ਫੇਰ ਹੀ ਇਹ ਹੁਣ ਕਿਉਂ ਜ਼ਿੰਮੇਦਾਰ ਪਸ਼ੂ ਮੱਝਾਂ ਰੱਖਣੋਂ ਹਟ ਗਈ ਜੀ ਆਇਕਾਕ ਰੱਖਦੇ ਜੀ ਉਹ ਵੀ ਦੁੱਧ ਮੋਲ ਲੈਣ ਲੱਗ ਗਏ ਇਸ ਕਾਰਨ ਆਪਣੇ ਦੁੱਧ ਦੀ ਬਹੁਤ ਜ਼ਿਆਦਾ ਛਾਹਲਟ ਆ ਜੂਗੀ ਜੇ ਨਾ ਸਰਕਾਰ ਇਹ ਗੱਲਾਂ ਵੱਲ ਧਿਆਨ ਦੇਊਗੀ ਤਾਂ ਜੀ ਆਪਾਂ ਇਹ ਗਾਈਆਂ ਦਾ 2012 ਤੋਂ ਸ਼ੁਰੂ ਕੀਤਾ ਸੀਗੇ ਜੀ ਕੰਮ ਅਸੀਂ ਪਹਿਲਾਂ ਜਦੋਂ ਗਾਈਆਂ ਆਪਾਂ ਸ਼ੁਰੂ ਕਰਦੇ ਸੀ ਜੇ ਅਸੀਂ ਪਹਿਲਾਂ ਸੇਲਜ ਪਾਇਆ ਜੀ ਲਿਆ ਕੇ ਪਿੱਟਾਂ ਦੇ ਵਿੱਚ ਬਾਦ ਦੇ ਵਿੱਚ ਆਪਾਂ ਜਿਹੜੀਆਂ ਗਾਂਆਂ ਲੈਣੀਆਂ ਸੋ ਲਈਆਂ ਜੀ ਉਸ ਤੋਂ ਬਾਅਦ ਵਿੱਚ ਜੀ ਅਸੀਂ ਜਿਹੜੀ ਬਰੀਡ ਤੇ ਕੰਮ ਕੀਤਾ ਜੇ ਅਸੀਂ ਵਰਲਡ ਵਾਈਡ ਦਾ ਸੀ ਹੁਣ ਵਰਤਦੇ ਆ ਜੀ ਇਹਦੇ ਚ ਮੇਨ ਸਮੱਸਿਆ ਇਹ ਆਉਂਦੀ ਜੀ ਜਿਹੜੇ ਆਪਣੇ ਉਹ ਜ਼ਿੰਮੇਦਾਰ ਨਵਾਂ ਕੰਮ ਸ਼ੁਰੂ ਕਰਦੇ ਜੀ ਉਹ ਕਈ ਵਾਰੀ ਗਾਂਆਂ ਜਦੋਂ ਆਪਾਂ ਲੈ ਕੇ ਆਉਣੇ ਉਹ ਥੱਲੇ ਮਿੱਟੀ ਜ਼ਿਆਦਾ ਸੈਟ ਲੈਂਦੀ ਜੀ ਜੋ ਮਿੱਟੀ ਸਿੱਟਣ ਨਾਲ ਜੀ ਸੁੱਕੀ ਉਹਨਾਂ ਮੈਂ ਸਟੇਟਸ ਵੀ ਆ ਜਾਂਦੀ ਕਈ ਵਾਰੀ ਕਈ ਵਾਰੀ ਜਦੋਂ ਆਪਾਂ ਬਾਹਰੋਂ ਪਸ਼ੂ ਲੈ ਕੇ ਆਉਣੇ ਉਹ ਮਿੱਟੀ ਖਾਂਦਾ ਹੁੰਦਾ ਜੀ ਉਹਦੇ ਨਾਲ ਬੰਨ ਪੈਂਦਾ ਪਸ਼ੂ ਦਾ ਨੁਕਸਾਨ ਉਹਦਾ ਕਿਸਾਨ ਦਾ ਵੀ ਹੋ ਜਾਂਦਾ ਜੀ ਪਸ਼ੂ ਦਾ ਵੀ ਹੋ ਜਾਂਦਾ ਕਈ ਵਾਰੀ ਨਹੀਂ ਪਤਾ ਹੁੰਦਾ ਜੀ ਆਪਾਂ ਨੂੰ ਇਹਦੇ ਚ ਇਹ ਜੀ ਜਦੋਂ ਤੁਸੀਂ ਪਸ਼ੂ ਲੈ ਕੇ ਆਉਣਾ ਜਾਂ ਆਪਾਂ ਉਹਨੂੰ ਸੁੱਕੀ ਮਿੱਟੀ ਤੇ ਰੇਤੇ ਤੇ ਲਿਆ ਕੇ ਛੱਡਦਾ ਕਈ ਵਾਰੀ ਵੱਡੇ ਫਾਰਮ ਵਾਲਿਆਂ ਤੋਂ ਵੀ ਗਲਤੀ ਹੋਈ ਹੈ ਜੀ ਕੰਮ ਸ਼ੁਰੂ ਦੇ ਵਿੱਚ ਜੀ ਉਹ ਕੀ ਕਰਦੇ ਆ ਮਿੱਟੀ ਸੜ ਦਿੰਦੇ ਜੀ ਗਾਇਆਂ ਖਾ ਜਾਂਦੀਆਂ ਜੀ ਉਸ ਤੋਂ ਬਾਅਦ ਉਹ ਪਤਾ ਨਹੀਂ ਲੱਗਦਾ ਨਾ ਹੀ ਡਾਕਟਰਾਂ ਸਮਝ ਚ ਆਉਂਦਾ ਜੀ ਹਾਂਜੀ ਇਹਦਾ ਵੀ ਅਸੀਂ ਸਵੇਰ ਦੇ 5 ਵਜੇ ਚਵਾਈ ਕੀਤੀ ਤੇ ਸ਼ਾਮ ਨੂੰ 5 ਵਜੇ ਕਰਦੇ ਆ ਜੀ ਉਸ ਤੋਂ ਬਾਅਦ ਕੀ ਹੁੰਦਾ ਜੀ ਗਾਈਆਂ ਨੂੰ ਜਦੋਂ ਆਪਾਂ ਚੋ ਲੈਨੇ ਆ ਬੈਠਣ ਨਹੀਂ ਦੇਣਾ ਇਹਨਾਂ ਦੇ ਮੂਰੇ ਪੱਠੇ ਪਾ ਦਿਓ ਜੀ ਜਿਹੜੇ ਥਣਾ ਦੇ ਮੇਰੂ ਹੁੰਦੇ ਆ ਜੀ ਉਹ ਬੰਦ ਹੋ ਜਾਂਦੇ ਆ ਫਿਰ ਮਸਟੈਟਸ ਆਉਣ ਦੇ ਚੱਕਰ ਬਹੁਤ ਘਟ ਜਾਂਦੇ ਜੀ ਜਦੋਂ ਪਸ਼ੂ ਨਾਲ ਦੀ ਨਾਲ ਬੈਠ ਜਾਂਦੇ ਜੀ ਉਹਦੇ ਥਣਾ ਦੇ ਮੇਰੂ ਜਿਹੜੇ ਖੁੱਲੇ ਹੁੰਦੇ ਆ ਜੀ ਉਦੋਂ ਮਸਟੈਟਸ ਵੀ ਆ ਜਾਂਦੀ ਪਸ਼ੂ ਨੂੰ ਫਿਰ ਮੈਂ ਇੱਕ ਗੱਲ ਸੁਬਾ ਛਾਵੇਂ ਦਾ ਇਹ ਧਿਆਨ ਰੱਖੋ ਕਿਸੇ ਪਊ ਦਾ ਲੇਵਾ ਤਾਂ ਨਹੀਂ ਸੁਜਿਆ ਜਾਂ ਕਿਸੇ ਨੇ ਪਾਣੀ ਤਾਂ ਨਹੀਂ ਘੱਟ ਪੀਤਾ ਤੇ ਗਾਲੇ ਦੀ ਨਿਗਰੱਖੋ ਜੀ ਇੱਕ ਜਦੋਂ ਆਪਾਂ ਪਸ਼ੂ ਕਈ ਵਾਰੀ ਪੱਠੇ ਪਾਉਣਸਾਰ ਨਮਾਉਣ ਲੱਗ ਜਾਂਦੇ ਉਹ ਨ ਉਹਨਾਂ ਨੂੰ ਸਿਰਫ 3-4 ਘੰਟੇ ਬਾਅਦ ਨਮਾਉ ਉਹ ਵੀ ਜਿਆਦਾ ਧੁੱਪ ਵੀ ਨਾ ਲੱਗੇ ਪਸ਼ੂ ਰਿਲੈਕਸ ਹੋ ਜੇ ਵੀ ਜਦੋਂ ਉਹਦਾ ਪੱਠਾ ਖਾਦਾ ਹੁੰਦਾ ਉਦੋਂ ਅੰਦਰ ਹੀਟ ਬਣ ਜਾਂਦੀ ਉਹਦੇ ਨਾਲ ਨਮਾਉਣ ਨਾਲ ਆਪਣੇ ਕਈ ਵਾਰੀ ਪਸ਼ੂ ਗਰਮ ਸ਼ਰਦ ਵੀ ਹੋ ਜਾਂਦੇ ਜੀ 2 ਘੰਟੇ ਬਾਅਦ ਪੱਠਿਆਂ ਤੋਂ ਬਾਅਦ ਚ ਨਮਾਉ ਜੀ ਉਹਨਾਂ ਨੂੰ ਫਿਰ ਇਹਨਾਂ ਦੀ ਕੋਈ ਹੋਰ ਮਸਟੈਟਸ ਵਗੈਰਾ ਜੀ ਹੋਮੋਪੈਥੀ ਦਵਾਈ ਆ ਰਹੀ ਜੀ ਡਾਕਟਰ ਬਠਿੰਡੇ ਹੈਗੀ ਡਾਕਟਰ ਰੰਗੀਲਾ 175 ਨੰਬਰ ਕੋਠੀ ਟੀਵੀ ਟਾਵਰ ਜੀ ਉਹਨਾਂ ਤੋਂ ਅਸੀਂ ਵਰਤਦੇ ਹਾਂ ਜੀ ਕੋਈ ਐਂਟੀਬਾਇਓਟਿਕ ਨਹੀਂ ਲਾਉਂਦੇ ਜੀ ਇਹਨਾਂ ਦੇ ਅਸੀਂ ਫਿਰ ਤੁਸੀਂ ਧਿਆਨ ਰੱਖਣ ਵਾਲਾ ਗੱਲ ਇਹ ਹੈ ਜੇ ਆਪਾਂ ਸਾਇਲਜ ਪਾਲ ਆ ਉਹ ਚ ਕਈ ਵਾਰੀ ਉਲੀ ਆ ਜਾਂਦੀ ਉਹਦਾ ਵਿੱਚ ਧਿਆਨ ਰੱਖੋ ਜੀ ਉਲੀ ਨਹੀਂ ਆਉਣੀ ਚਾਹੀਦੀ ਪਸ਼ੂ ਦੇ ਖਾਣੇ ਚ ਖਰਾਕ ਜਿਹੜੀ ਤੁਸੀਂ ਉਹਨੂੰ ਵਧੀਆ ਸੁੱਕੀ ਥਾਂ ਆਪਦੀ ਬਣਾ ਕੇ ਰੱਖੋ ਏਠਾਂ ਕਾਗਜ ਵਿਛਾਓ ਜੀ ਤੇ ਵੀ ਆਪਣੇ ਜਿਹੜੇ ਖਰਾਕ ਨੂੰ ਸੈਲ ਨਾ ਚੜੇ ਜੀ ਖਰਾਕ ਤੁਸੀਂ ਬਣਾਉਣੀ ਜੀ ਵਾਦ-ਵਦ 15 ਦਿਨਾਂ ਦੀ ਜੇ ਨਹੀਂ ਵੀ ਤੁਸੀਂ 2 ਮਹੀਨਿਆਂ ਦੀ ਇਕੱਠੀ ਬਣਾ ਲਓ ਜੀ ਉਹਦੇ ਨਾਲ ਕੀ ਹੁੰਦਾ ਫਿਰ ਵਿੱਚ ਕਈ ਵਾਰੀ ਸੁੰਡ ਵੀ ਪਾਏ ਜਾਂਦੇ ਆ ਸੁਸਰੀ ਪਾ ਜਾਂਦੀ ਜੀ ਜਿਹੜਾ ਨਾਜ ਉਹ ਖਰਾਬ ਹੋ ਜਾਂਦਾ ਜੀ 15 ਦਿਨ ਦੀ ਫੀਡ ਬਣਾ ਕੇ ਰੱਖੋ ਜੀ 15 ਦਿਨਾਂ ਬਾਅਦ ਫੇਰ ਬਣਾ ਲਿਓ ਜੀ ਹੋਰ ਦੇ ਵਿੱਚ ਕੋਈ ਵੱਡੀ ਦਿੱਕਤ ਨਹੀਂ ਜਦੋਂ ਕੰਮ ਸ਼ੁਰੂ ਕਰਨਾ ਹੈ ਛੋਟੇ ਲੈਵਲ ਤੋਂ ਕਰੋ 10 ਗਾਈਆਂ ਤੋਂ ਬਾਹ링ਾਂ ਜਾਦੇ ਗਾਈਆਂ ਰੱਖਣੀਆਂ ਨਹੀਂ ਵੀਕੇ ਵਾਰੀ ਤੁਹਾਨੂੰ ਆਹੋਲੀ-ਉਹਲੀ ਜਾਣਕਾਰੀ ਆਉਂਦੀ ਜਾਊਗੀ ਉਵੇਂ ਬਰੀਡ ਤੇ ਕੰਮ ਕਰੋ ਜਿਵੇਂ ਸਾਡੇ ਕੋਲੇ ਸਾਰੀਆਂ ਵਰਲਡਵਾਈਡ ਦਾ ਸੀ ਬਣਾਇਆ ਜੀ ਸਾਡੇ ਕੋਲੇ 35 ਤੋਂ 40 ਕਿਲੋ ਦਾ ਰਿਕਾਰਡ ਹੈ ਜੀ ਪਹਿਲਣਾ ਵਹਿੜਾਂ ਦਾ ਇਹ ਚ ਜੇ ਦਾ ਕਿਸੇ ਕੋਲੇ ਜੀ ਆਪਣੇ ਘਰ ਦੇ ਮੈਂਬਰ ਵੱਧ ਹੈ ਜੀ ਉਹ ਆਪ ਦਾ ਸਿੱਧਾ ਹੀ ਵੀ ਸੇਲ ਕਰ ਸਕਦੇ ਜੀ ਜਿਹੜੇ ਹੁਣ ਘਰ ਦੇ ਮੈਂਬਰ ਘਟੇ ਜੀ ਇਥੇ ਗਾਂਆਂ 'ਚ ਵੀ ਕੰਮ ਕਰਨਾ ਪੈਂਦਾ ਉਹ ਕਰ ਨਹੀਂ ਸਕਦੇ ਜੀ ਫਿਰ ਉਹ ਅਸੀਂ ਇੰਟਰਨੈਸ਼ਨਲ ਵਾਲੇ ਨੂੰ ਚਕਾਉਣੇ ਜੀ ਸਪੈਸ਼ਲ ਨੰਬਰ ਤੇ ਕਿਉਂ ਸਾਡਾ 35 ਰੁਪਏ 34 ਰੁਪਏ ਇੱਥੇ ਦੁੱਧ ਲੱਗੀ ਜਾਂਦੇ ਜੀ ਬਾਕੀ ਰੇਟ ਵਧਣ ਘਟਣਦੇ ਉਹ ਹੁੰਦੇ ਜੀ ਕੀ ਰੇਟ ਵੱਧਾ ਘਟਦਾ ਉੱਥੇ ਉਹ ਡਿਪੈਂਡ ਕਰਦਾ ਜੀ ਬਾਕੀ ਜੇ ਆਪਾਂ ਕੋਈ ਸ਼ਹਿਰਸ ਆਪਸੇਲ ਕਰਦੇ ਆ ਉਹਦੇ ਨਾਲ ਉਹਦਾ ਬਹੁਤ ਜ਼ਿਆਦਾ ਬੈਨੀਫਿਟ ਆ ਹੈਗਾ ਜੀ ਜਿਵੇਂ ਦਹੀਂ ਬਣਾ ਲਓ ਪਨੀਰ ਬਣਾ ਲਓ ਉੱਥੇ ਦੁੱਧ ਸਿੱਧਾ ਸੇਲ ਕਰਦੇ ਹੋ ਜੀ ਕਿਉਂ ਬਣਾ ਸਕਦੇ ਆ ਜੀ ਆਪਾਂ ਉਹ ਤਾਂ ਆਪਣੇ ਜਿੰਨੇ ਕੋ ਪਰਿਵਾਰ ਦੇ ਮੈਂਬਰ ਆ ਉਹਨਾਂ ਤੇ ਨਿਰਭਰ ਹੈ ਜੀ ਉਹ ਕੀ ਆਪਣਾ ਸਹਿਯੋਗ ਦੇ ਰਹੇ ਐ ਤੇ ਬਾਕੀ ਜਿਹੜੇ ਛੌਂਕ ਹੈ ਜੀ ਉਹ ਆਪਣਾ ਇਹ ਨਹੀਂ ਵੀ ਕੇਰਾਂ ਲੈ ਆਓ ਆਪ ਨੇ ਇਕੱਲੇ ਦੀ ਜ਼ਿੰਮੇਵਾਰੀ ਤਾਂ ਇਕੱਲਾ ਹੀ ਸਮਝੋ ਉਸ ਨੂੰ ਜੀ ਦੂਜਾ ਪਰਿਵਾਰ ਦਾ ਮੈਂਬਰ ਨਹੀਂ ਇਹ ਕੰਮ ਕਰਨਾ ਚਾਹੁੰਦਾ ਪਹਿਲੀ ਗੱਲ ਤਾਂ ਪਰਿਵਾਰ ਦੇ ਸਾਰੇ ਦੇ ਸਹਿਯੋਗ ਨਾਲ ਹੀ ਇਹ ਕੰਮ ਕਰਨਾ ਚਾਹੀਦਾ ਜੀ ਇਹ ਇਹ ਵਾਤਾਵਰਨ ਆ ਜੀ ਜੇ ਤਾਂ ਆਪਾਂ ਬਾਹਰੋਂ ਕੋਈ ਕੰਮ ਲੈ ਕੇ ਆਉਣੇ ਜੀ ਉੱਥੇ ਹੋਰ ਮਾਹੌਲ ਚਾਹੀ ਜੀ ਆਪਣੇ ਕੋਲੇ ਉਦੋਂ ਹੋ ਸਕਦਾ ਠੰਡਾ ਟੈਂਪਰੇਚਰ ਹੋਵੇ ਹੋ ਸਕਦਾ ਉੱਥੇ ਜ਼ਿਆਦਾ ਗਰਮ ਹੋਵੇ ਏ ਜੀ ਕੇਰਾ ਤੁਸੀਂ 10 ਗਾਇਆਂ ਬਾਹਰੋਂ ਲੈ ਕੇ ਆਪ ਦੀ ਬਰੀਡ ਤਿਆਰ ਕਰੋ ਉਹਨੂੰ ਤੁਸੀਂ ਜਿੱਥੇ ਮਰਜ਼ੀ ਰੱਖੋ ਨਾ ਉਹਨੂੰ ਬੁਖਾਰ ਆਵੇ ਨਾ ਉਹਨੂੰ ਮਸਟੈਟਸ ਆਵੇ ਕਿਉਂ ਉਹ ਆਪਣਾ ਵਾਤਾਵਰਣ ਇੱਥੇ ਸਹਿਣਸ਼ੀਲਤਾ ਉਹਨਾਂ ਦੀ ਬਣ ਜਾਂਦੀ ਹੈ ਖਾਸ ਤੌਰ ਤੇ ਇਹਨਾਂ ਦੇ ਪੁਹਾਰੇ ਲੱਗੇ ਹੋਏ ਜੀ ਜਦੋਂ ਜਿਆਦਾ ਗਮਸ ਬਣ ਜਾਂਦੀ ਹੈ ਹਵਾ ਨਹੀਂ ਵਗਦੀ ਜੀ ਉਦੋਂ ਪੁਹਾਰੇ ਚਲਾ ਦਈਦੇ ਜੀ ਤੇ ਜਦੋਂ ਹਮਸ ਫਿਰ ਨਾਲ ਪੱਖਾ ਵੀ ਛੱਡ ਦਈਦੇ ਜੀ ਪੱਖੇ ਚਲਾ ਦਈਦੇ ਜੀ ਨਹੀਂ ਪੱਖਾ ਇਹਨਾਂ ਦਾ ਵੈਂਸਨ ਕੰਪਨੀ ਦਾ ਲਾਇਆ ਜੀ ਅਸੀਂ ਵੱਡਾ ਲਾਇਆ ਜੀ ਇਹਦੀ 60 ਫੁੱਟ ਲੰਮੀ ਹਵਾ ਜਾਂਦੀ ਜੀ ਇਹਦਾ ਰਿਕਾਰਡ ਇਹ ਰੱਖਣਾ ਪੈਂਦਾ ਜੀ ਕਿ ਕਿਹੜੀ ਗਾਂ ਕਦੋਂ ਗੱਭਣ ਹੋਈ ਸੀ ਕਿੰਨੇ ਟਾਈਮ ਦੀ ਸੂਈ ਹੋ ਗਈ ਇਹਨੂੰ ਮੇਨ ਮੁਰਦਾ ਇਹ ਹੁੰਦਾ ਜੀ ਆਪਾਂ ਕਈ ਵਾਰੀ ਗਾਇਆਂ ਰੱਖ ਲੈਨੇ ਆ ਤੇ ਆਪਾਂ ਉਹਨਾਂ ਨੂੰ ਵੀ ਇਹਦਾ ਸਾਡਾ ਜਿਹੜਾ ਤਜਰਬਾ ਸਾਨੂੰ ਡਾਕਟਰ ਰੰਗੀਲਾ ਦੱਸਦੇ ਜੀ ਬਠਿੰਡੇ ਵਾਲਾ ਉਹ ਕਹਿੰਦਾ ਜਦੋਂ ਗਾਂ ਸੂਪੀ ਚਾਹ ਲਈਆਂ ਤੋਂ 45 ਦਿਨਾਂ ਦੇ ਵਿੱਚ ਗੱਭਣ ਕਰਾਓ ਜੀ ਉਹਨੂੰ ਵੀ ਉਹੀ ਆਪਾਂ ਮੈਡੀਸਨ ਬਾਅਦ ਚ ਦਿੰਨੇ ਆ ਉਹਨੂੰ 6 ਮਹੀਨੇ ਬਾਅਦ ਵੀ ਉਹੀ ਦੇਣੀ ਪੈਂਦੀ ਆ ਆਪਾਂ ਨੂੰ ਉਹ ਆਪਾਂ ਪਹਿਲੇ ਦਿਓ 40 ਜਾਂ 45 ਦਿਨਾਂ ਦੇ ਵਿੱਚ ਗੱਭਣ ਕਰਾਉਣਾ ਚਾਹੀਦੀ ਜੀ ਗਾਂ ਨਹੀਂ ਜੀ ਦੇਸੀ ਤਰੀਕਾ ਨਹੀਂ ਸਹੀ ਜੀ ਉਹ ਤਾਂ ਗਾਂ ਨੂੰ ਆਪਾਂ ਢਾਈ ਜਾਂ 3 ਮਹੀਨੇ ਤੋਂ ਚੈੱਕ ਕਰਾ ਸਕਦੇ ਆ ਕਈ ਡਾਕਟਰ ਹੈਗੇ ਉਹ 40 ਦਿਨਾਂ ਦੀ ਵਿੱਚ ਚੈੱਕ ਕਰ ਦਿੰਦੇ ਆ ਪਰ ਉਹ ਆਪਾਂ ਨੂੰ ਪੂਰਾ ਕਲੀਅਰ ਨਹੀਂ ਹੁੰਦਾ ਜੀ ਵੈਸੇ ਸਾਡੇ ਇੱਥੇ ਡਾਕਟਰ ਹੈਗੇ ਉਹ ਕਰ ਵੀ ਦਿੰਦਾ ਐਡੀ ਕੋਈ ਗੱਲ ਨਹੀਂ ਪਰ ਉਹ ਸਹੀ ਢਾਈ ਮਹੀਨੇ ਤੋਂ ਗਾਂ ਨੂੰ ਚੈੱਕ ਕਰਾਓ ਜੀ ਕਈ ਵਾਰੀ ਗਾਂ ਗੱਭਣ ਹੁੰਦੀ ਜੀ ਉਹਨੂੰ ਲਕੋਰੀਆ ਹੁੰਦਾ ਉਤਾਰਾਂ ਦੀ ਜਾਂਦੀ ਵਾਰ-ਵਾਰ ਗੱਭ ਉਹ ਜ਼ਿੰਮੇਦਾਰ ਨੂੰ ਜਦੋਂ ਸਮਝ ਚ ਨਹੀਂ ਆਉਂਦਾ ਵੀ ਇਹ ਗੱਬਣ ਨਹੀਂ ਰਹੀ ਜੀ ਤੇ ਉਹ ਉਹਦੇ ਅੰਦਰ ਜਾਂ ਦਵਾਈ ਭਰਾ ਆਂਦਾ ਉਦੋਂ ਬੱਚਾ ਡਰਾਪ ਕਰ ਜਾਂਦੀ ਜੀ ਜਿਹੜੀ ਸਹੀ ਨਿਸ਼ਾਨੀ ਹੈ ਜੇ ਕੋਈ ਤਾਰਾਂ ਦਿੰਦਾ ਪਸ਼ੂ ਤੁਹਾਡਾ ਲਕੂਰੀਆ ਉਹਨੂੰ ਆਪਾਂ ਨੂੰ ਪਤਾ ਹੈ ਵੀ ਇਹ ਪਿਛਲੇ ਸਾਲ ਸੂਣ ਤੋਂ ਪਹਿਲਾਂ ਤਾਰਾਂ ਦੇ ਗਈ ਆ ਉਹਨੂੰ ਤੁਸੀਂ ਆਪ ਦੇ ਧਿਆਨ ਚ ਰੱਖੋ ਜੀ ਬਿਮਾਰੀ ਇਥਾਰੇ ਤੇ ਜਿਵੇਂ ਕੋਈ ਲੇਵੇ ਦੀ ਆਉਂਦੀ ਹੈ ਜ਼ਿਆਦਾ ਤੇ ਇਹਨਾਂ ਨੂੰ ਜੀ ਹੋਰ ਕੋਈ ਬਿਮਾਰੀ ਨਹੀਂ ਆਉਂਦੀ ਜੀ ਉਹ ਅਸੀਂ ਹੋਮੋਪੈਥੀ ਦਵਾਈ ਲਿਆਓ ਤੇ ਉਹਦੇ ਨਾਲ ਸੈੱਟ ਹੋ ਜਾਂਦੇ ਜੀ ਲੇਵਾ ਕਿੰਨੇ ਮਰਜੀ ਮਸਟੈਟਸ ਹੋਵੇ ਜੀ ਨਹੀਂ ਜੀ ਡਾਕਟਰ ਨੇ ਅਸੀਂ ਡਾਕਟਰ ਰੰਗੀਲੇ ਤੋਂ ਹੀ ਲੈ ਕੇ ਆ ਇੱਥੇ ਦਾ ਜੀ ਜੋ ਕੋ ਮੰਨ ਲਓ ਮਾੜਾ ਮੋਟ ਬੁਖਾਰ ਬਖੂਰਾ ਆਉਂਦਾ ਤਾਂ ਉਹਦਾ ਸੀ ਆਪ ਟੀਕਾ ਲਾ ਦਿੰਨੇ ਜੀ ਇਹ ਡਾਕਟਰ ਨਹੀਂ ਸਾਦੇ ਜੀ ਖੁੱਦ ਬਣ ਗਏ ਜੀ ਆ ਆ ਜਾਂਦਾ ਤਜਰਬਾ ਜੀ ਇਹ ਤਾਂ ਬਸ ਕੁਝ ਸਾਲ 6 ਮਹੀਨੇ ਤਜਰਬਾ ਪੂਰਾ ਆ ਜਾਂਦਾ ਹੀ ਇਹਨਾਂ ਦਾ